ਅਸਲਾਮੁਅਲੈਕੁਮ ਸਾਰਿਆਂ ਭਰਾਵਾਂ ਨੂੰ ਖੁਸ਼ਖਬਰੀ ਦੇਣ ਵਾਸਤੇ ਮੈਂ ਤੁਹਾਨੂੰ ਵੀਡੀਓ ਪੋਸਟ ਕਰਨ ਲੱਗਾ ਵਾਂ ਕਿ ਇਹ ਨਵੀਂ ਦੁਕਾਨ ਪਈ ਹੈ। ਇਹ ਬਹੁਤ ਯਾਨੀ ਕਿ ਨਜ਼ਦੀਕ ਹੈ, ਇਹਨਾਂ ਕੋਲ ਤੁਸੀਂ ਹਰ ਚੀਜ਼, ਤੁਹਾਨੂੰ ਮੋਬਾਈਲ ਦੀ ਜਿਹੜੀ ਵੀ ਚੀਜ਼ ਚਾਹੀਦੀ ਹੈ, ਆਈਫੋਨ ਵਗੈਰਾ ਵੀ ਉਹ ਤੁਹਾਨੂੰ ਇੱਥੋਂ ਮਿਲ ਸਕਦਾ। ਇਹ ਵੀਡੀਓ ਦੇ ਵਿੱਚ ਦੇਖ ਲਓ, ਤੁਸੀਂ ਨੰਬਰ ਵੀ ਚੈੱਕ ਕਰੋ, ਨੰਬਰ ਲਿਖੇ ਹੋਏ ਨੇ, ਰਾਬਤਾ ਨੰਬਰ ਸਾਰਾ ਕੁਛ, ਤੁਸੀਂ ਇਹਨਾਂ ਨਾਲ ਰਾਬਤਾ ਕਰਕੇ ਖਰੀਦ ਸਕਦੇ ਜੀ। ਓਰੀ ਟ੍ਰੇਨ ਦੇ ਨਾਲ ਹੀ ਦੇਖੋ ਧੋਬੀ ਘਾਟ ਚੌਂਕ ਹੈ, ਧੋਬੀ ਘਾਟ ਚੌਂਕ ਦਰੋਗੇ ਵਾਲਾ ਨਜ਼ਰ, ਅਤੇ ਇਹ ਦੁਕਾਨ ਉੱਥੇ ਹੈਗੀ ਹੈ। ਇਹ ਬੋਰਡ ਵੀ ਲੱਗਾ ਹੋਇਆ, ਚੈੱਕ ਕਰੋ, ਦੇਖ ਲਵੋ ਬੋਰਡ, ਅਤੇ ਉਸ ਤੋਂ ਬਾਅਦ ਤੁਹਾਨੂੰ ਦੁਕਾਨ ਦਾ ਵਿਜ਼ਿਟ ਕਰਾਉਂਦੇ ਹਾਂ। ਕੋਰਨਰ 'ਤੇ ਦੁਕਾਨ ਹੈ, ਹਰ ਚੀਜ਼ ਇੱਥੇ ਦਸਤਿਆਬ ਹੈ, ਜਿਹੜੀ ਚੀਜ਼ ਵੀ ਤੁਹਾਨੂੰ ਚਾਹੀਦੀ ਹੈ ਉਹ ਤੁਹਾਨੂੰ ਇੱਥੋਂ ਮਿਲ ਸਕਦੀ। ਇਹ ਭਾਈ ਮੋਬਾਈਲ ਰਿਪੇਅਰ ਕਰਦਾ ਜੀ, ਜੋ ਵੀ ਤੁਸੀਂ ਕਰਵਾਉਣਾ ਇਹਨਾਂ ਕੋਲ ਕਰਵਾ ਸਕਦੇ ਜੇ, ਹਰ ਚੀਜ਼ ਇਹਨਾਂ ਕੋਲ ਦਸਤਿਆਬ ਹੈ, ਕਾਰੀਗਰ ਹਰ ਟਾਈਮ ਬੈਠਾ ਹੁੰਦਾ। ਲੋਕੇਸ਼ਨ ਮੈਂ ਦੇ ਦਿੱਤੀ ਹੈ, ਧੋਬੀ ਘਾਟ ਚੌਂਕ ਦੇ ਵਿੱਚ ਦੁਕਾਨ ਦਰੋਗੇ ਵਾਲਾ ਨਜ਼ਦ, ਓਰੀ ਟ੍ਰੇਨ ਦੇ ਨਾਲ ਇਹਦੇ ਸਾਹਮਣੇ ਤੁਹਾਡੇ ਸ਼ੈਲ ਵਾਲਾ ਪੈਟਰੋਲ ਪੰਪ ਹੈ, ਧੋਬੀ ਘਾਟ ਚੌਂਕ ਤੁਹਾਡਾ ਸਾਈਡ 'ਤੇ ਹੋਣਾ, ਇਹ ਨਜ਼ਰ ਆ ਰਿਹਾ ਤੁਹਾਨੂੰ, ਚੀਮਾ ਸੈਂਟਰ ਮਸ਼ਹੂਰ ਹੈ, ਜਿੱਥੇ ਥਾਣਾ ਸੀ ਕਦੀ, ਥਾਣੇ ਵਾਲੀ ਲੋਕੇਸ਼ਨ ਹੀ ਹੈ, ਅਤੇ ਹੁਣ ਥਾਣਾ ਖਤਮ ਹੋ ਗਿਆ, ਅਤੇ ਇਹ ਦੁਕਾਨ ਹੈ ਰੋਕ, ਕੀ ਨਾਂ ਹੈ, ਟੋਕ ਸਟਾਰ ਦੁਕਾਨ ਦਾ ਨਾਮ ਜੀ, ਅਤੇ ਆਪਣੇ ਹਾਈ ਸਾਹਿਬ ਨੇ। ਹਾਈ ਸਾਹਿਬ ਦੱਸੋ ਤੁਸੀਂ ਕਿਹੜੀ ਕਿਹੜੀ ਚੀਜ਼ ਰੱਖੀ ਹੋਈ ਹੈ? ਅਸੀਂ ਜਨਾਬ ਹਰ ਤਰ੍ਹਾਂ ਦਾ ਮੋਬਾਈਲ ਰੱਖਿਆ, ਹਰ ਤਰ੍ਹਾਂ ਦੀ ਜੈਨੂਅਨ ਬੈਟਰੀ ਰੱਖੀ ਹੈ ਮੋਬਾਈਲ ਦੀ, ਠੀਕ ਹੈ, ਸੈਸਰੀ ਰੱਖੀ ਹੈ, ਘੜੀਆਂ ਰੱਖੀਆਂ ਨੇ, ਠੀਕ ਹੈ, ਹਾਂਜੀ, ਅਟੈਚ ਮੋਬਾਈਲ ਦੇ ਨਾਲ, ਉਸ ਤੋਂ ਬਾਅਦ ਆਪਣਾ ਬਟਨ ਵਾਲੇ ਮੋਬਾਈਲ ਨੇ, ਉਸ ਤੋਂ ਬਾਅਦ ਸੈਸਰੀ ਹਰ ਤਰ੍ਹਾਂ ਦੀ, ਹਰ ਤਰ੍ਹਾਂ ਦੀ ਸੈਸਰੀ ਮੋਬਾਈਲ ਦੀ ਮੁਕੰਮਲ ਤੌਰ ਤੇ, ਰੋਡ ਤੇ ਜਾਣ ਦੀ ਜ਼ਰੂਰਤ ਨਹੀਂ ਹੈ, ਇੱਥੋਂ ਹੀ ਤੁਸੀਂ ਲੈ ਸਕਦੇ ਜੇ ਦਰੋਗੇ ਵਾਲੇ ਚੌਂਕ ਦੇ ਵਿੱਚੋਂ, ਇਹ ਦੇਖ ਸਕਦੇ ਜੇ, ਦਿਖਾਓ ਜੀ ਜ਼ਰਾ, ਟੱਚ ਘੜੀਆਂ ਵੀ ਇਹਨਾਂ ਦੇ ਦੱਸਦੇ ਆਪਦੇ ਆ, ਸਾਰੀ ਸੈਸਰੀ ਮੌਜੂਦ ਹੈ।